5.1 ਦਾ ਫਰਸਟ ਸਮ ਹੈ ਆਪਾਂ ਇਹਨਾਂ ਨੂੰ ਪਲੱਸ ਮਾਈਨਸ ਮਲਟੀਪਲਾਈ ਡਿਵਾਈਡ ਪਾ ਕੇ ਮੈਥ ਦੇ ਵਿੱਚ ਲਿਖਣਾ ਹੈ ਅਲਜੈਬਰਿਕ ਐਕਸਪ੍ਰੈਸ਼ਨ ਦੇ ਵਿੱਚ ਲਿਖਣਾ ਹੈ ਠੀਕ ਹੈ ਅਲਜੈਬਰਿਕ ਐਕਸਪ੍ਰੈਸ਼ਨ ਦੇ ਵਿੱਚ ਪਲੱਸ ਮਾਈਨਸ ਡਿਜੀਟ ਆ ਜਾਂਦੇ ਮੈਥ ਦੇ ਹੋਰ ਐਕਸ ਵਾਈ ਜਿਹੜੇ ਹੁੰਦੇ ਆ ਵੇਰੀਏਬਲਸ ਉਹ ਵੀ ਆ ਜਾਂਦੇ ਉਹਨਾਂ ਨੂੰ ਅਸੀਂ ਅਲਜੈਬਰਿਕ ਐਕਸਪ੍ਰੈਸ਼ਨ ਕਹਿ ਦਿੰਨੇ ਆ ਸੋ ਸਭ ਤੋਂ ਪਹਿਲਾਂ ਹੈਗਾ 1/4 ਜਦੋਂ 1/4 ਆ ਜੇ ਅਸੀਂ 1/4 ਨੂੰ 1/4 ਪਾ ਕੇ ਲਿਖਣਾ ਹੁੰਦਾ ਠੀਕ ਹੈ 1/4 ਕਿਹਦਾ ਵਾ ਆਫ ਆਫ ਦਾ ਮਤਲਬ ਹੁੰਦਾ ਮਲਟੀਪਲਾਈ ਸਮ ਜਦੋਂ ਹੁਣ ਸਮ ਆ ਗਿਆ ਇਟ ਮੀਨਸ ਪਲੱਸ ਆਊਗਾ ਸਮ ਦਾ ਮਤਲਬ ਕੀ ਹੁੰਦਾ ਪਲੱਸ ਤੇ ਪਲੱਸ ਵੀ ਦੋ ਡਿਜਟ ਦਾ ਹੁੰਦਾ ਕਿਹੜੇ ਕਿਹੜੇ ਨੰਬਰ A ਐਂਡ B ਸੋ ਜਿਸ ਤਰੀਕੇ ਦੇ ਨਾਲ ਤੁਹਾਨੂੰ ਕਿਹਾ ਗਿਆ ਨਾ ਉਸੇ ਤਰੀਕੇ ਨਾਲ ਤੁਸੀਂ ਫੋਲੋ ਕਰੀ ਜਾਣਾ ਲਿਖੀ ਜਾਣਾ ਨਾਲ ਦੀ ਨਾਲ ਠੀਕ ਹੈ ਇਹ ਤੁਹਾਡਾ ਆਨਸਰ ਆ ਗਿਆ ਸੈਕਿੰਡ ਦਾ ਨੰਬਰ Y ਜਿਹੜਾ ਨੰਬਰ Y ਆ ਉਹ ਮਲਟੀਪਲਾਈ ਹੋਣ ਰਿਹਾ ਕਿਦੇ ਨਾਲ ਬਾਏ ਇਟ ਸੈਲਫ ਇਟ ਸੈਲ ਮਤਲਬ ਆਪਣੇ ਆਪ ਨਾਲ ਹੀ ਠੀਕ ਹੈ ਨੈਕਸਟ ਹੈਗਾ ਆ 1/3 ਜਿੱਦਾਂ ਆਪਾਂ 1/4 ਲਿਖਿਆ ਸੀ ਉਸੇ ਤਰੀਕੇ ਨਾਲ 1/3 ਇਸ ਤਰੀਕੇ ਨਾਲ ਲਿਖਣਾ ਆਫ ਪ੍ਰੋਡਕਟ ਪ੍ਰੋਡਕਟ ਹੁੰਦਾ ਮਲਟੀਪਲਾਈ ਕਿਹਦਾ ਕਿਹਦਾ A ਐਂਡ B ਦਾ ਇਸ ਤਰੀਕੇ ਨਾਲ ਠੀਕ ਹੈ 4th ਦੇ ਵਿੱਚ ਹੈਗਾ ਨੰਬਰ x ਐਂਡ y ਜਿਹੜਾ ਨੰਬਰ x ਆ ਤੇ y ਆ ਉਹਨਾਂ ਦੇ ਵਿੱਚ ਕੀ ਰਿਲੇਸ਼ਨ ਆ ਬੋਥ ਸਕੇਅਰਡ ਸਕੁਏਰ ਦਾ ਮਤਲਬ ਦੋਵਾਂ ਦੇ ਉੱਪਰ ਇਦਾਂ ਸਕੁਏਰ ਲੱਗਿਆ ਹੋਇਆ ਸਕੁਏਰ ਦਾ ਮਤਲਬ ਹੁੰਦਾ ਉੱਪਰ 2 ਲਾਣਾ ਐਂਡ ਐਡਡ ਐਡਡ ਮਤਲਬ ਇਹਨਾਂ ਦੇ ਵਿੱਚ ਕੀ ਆ ਪਲੱਸ ਹੈ ਠੀਕ ਹੈ ਫਿਫਥ ਸਮ ਦੇ ਵਿੱਚ ਆ ਨੰਬਰ 3 ਜਿਹੜਾ ਨੰਬਰ 3 ਹੋ ਸਬਟ੍ਰੈਕ ਹੋਣ ਡਿਆ ਕਿਦੇ ਵਿੱਚੋਂ 3 ਜਿਹੜਾ ਸਬਟ੍ਰੈਕ ਹੋਣ ਹੈ ਨਾ ਇਸ ਕਰਕੇ 3 ਨੂੰ ਆਪਾਂ ਪਿੱਛੇ ਲਿਖਾਂਗੇ ਕਿਦੇ ਵਿੱਚੋਂ ਹੋਣ ਡਿਆ ਹੁਣ ਆਪਾਂ ਇਹ ਦੇਖਣਾ ਉਹ ਪਿੱਛੇ ਲਿਖਿਆ ਹੁੰਦਾ ਜਿਹਦੇ ਵਿੱਚੋਂ ਮਾਈਨਸ ਹੋ ਰਿਹਾ ਆ 4 ਟਾਈਮ ਐਕਸ 4 ਟਾਈਮ ਐਕਸ ਦਾ ਮਤਲਬ ਹੁੰਦਾ ਵੀ ਚਾਰ ਵਾਰੀ ਐਕਸ ਠੀਕ ਹੈ ਇਸ ਕਰਕੇ ਆਪਾਂ ਜਦੋਂ 4 ਟਾਈਮ ਆ ਜੇ ਨਾ 4 ਐਕਸ ਲਿਖਣਾ 5 ਟਾਈਮ ਆ ਜੇ 5 ਐਕਸ ਲਿਖਣਾ ਇਦਾਂ ਲਿਖਣਾ ਠੀਕ ਹੈ 6th ਸਾਮ ਦੇ ਵਿੱਚ ਹੈਗਾ ਨੰਬਰ 2 ਐਡਡ ਜਿਹੜਾ ਨੰਬਰ 2 ਆ ਉਹ ਐਡ ਕੀਤਾ ਗਿਆ ਆ ਕਿਦੇ ਵਿੱਚ 3 ਟਾਈਮ 3 ਟਾਈਮ ਕਿਹਦਾ 3 ਟਾਈਮ ਜੀ ਹੁਣ ਇਹਦੇ ਵਿੱਚ 3 ਟਾਈਮ ਹੈਗਾ ਵਾ ਪੀ ਤੇ ਕਿਊ ਦੋਵਾਂ ਦਾ ਤੇ ਨਾਲ ਪ੍ਰੋਡਕਟ ਲਿਖਿਆ ਹੋਇਆ ਹੈ ਤੇ ਵਿੱਚ ਸਾਰਿਆਂ ਦੇ ਵਿੱਚ ਮਲਟੀਪਲਾਈ ਹੋਣਾ ਠੀਕ ਹੈ ਜਿਹੜਾ 3 ਟਾਈਮ ਪੀ ਕਿਉ ਹੋਈ ਨਾ ਉਹਦੇ ਵਿੱਚ ਦੋ ਐਡ ਕੀਤਾ ਗਿਆ ਆ ਅੱਗੇ ਹੈਗਾ ਸੈਵਨਥ ਸਮ ਸੈਵਨ ਸਮ ਦੇ ਵਿੱਚ ਕਿਹਾ ਸਮ ਆਫ ਨੰਬਰਸ ਸਮ ਕਿਹਦਾ ਜੀ ਦੋ ਨੰਬਰ ਆ ਐਕਸ ਤੇ ਵਾਈ ਠੀਕ ਹੈ ਉਹਨਾਂ ਦਾ ਜਿਹੜਾ ਸਮ ਆ ਨਾ ਉਹ ਸਬਟ੍ਰੈਕਟ ਕੀਤਾ ਗਿਆ ਵਾ ਇਹ ਜਿਹੜਾ ਸਮ ਮਾਈਨਸ ਕੀਤਾ ਗਿਆ ਕਿਦੇ ਵਿੱਚੋਂ ਫਰੋਮ देयर ਪ੍ਰੋਡਕਟ देयर ਪ੍ਰੋਡਕਟ ਦਾ ਮਤਲਬ ਕਿ ਇਹਨਾਂ ਦੋਵਾਂ ਦੇ ਪ੍ਰੋਡਕਟ ਵਿੱਚੋਂ ਹੀ ਪ੍ਰੋਡਕਟ ਮਤਲਬ ਮਲਟੀਪਲਾਈ ਵਿੱਚੋਂ ਠੀਕ ਹੈ ਜਦੋਂ ਮਾਈਨਸ ਪਲੱਸ ਵਾਲਾ ਸਾਮ ਆ ਦੇਣਾ ਉਦੋਂ ਪਹਿਲਾਂ ਲਿਖ ਲਿਆ ਕਰੋ ਮਾਈਨਸ ਦਾ ਪਲੱਸ ਵਾਲੇ ਠੀਕ ਹੈ ਜਿੰਨਾ ਵਿੱਚੋਂ ਹੋਇਆ ਉਹ ਬਾਅਦ ਵਿੱਚ ਦਿੱਤੇ ਹੁੰਦੇ ਪਿੱਛੇ ਦਿੱਤੇ ਹੁੰਦੇ ਇਸ ਕਰਕੇ ਸਪੇਸ ਛੱਡ ਲਿਆ ਕਰੋ ਹਾਂਜੀ ਅੱਗੇ ਹੈਗਾ ਪ੍ਰੋਡਕਟ ਪ੍ਰੋਡਕਟ ਮੀਨਸ ਮਲਟੀਪਲਾਈ ਕਿਤਾ ਕਿਤਾ ਮਲਟੀਪਲਾਈ ਜੀ ਨੰਬਰ ਐਮ ਦਾ ਐਂਡ ਐਨ ਦਾ ਉਹ ਵੀ ਸਬਟ੍ਰੈਕ ਕੀਤਾ ਗਿਆ ਵਾ ਕਿਦੇ ਵਿੱਚੋਂ ਪੰਜ ਵਿੱਚੋਂ ਇਸ ਕਰਕੇ ਪੰਜ ਪਹਿਲਾਂ ਲਿਖਾਂਗੇ ਤੇ ਪੰਜ ਵਿੱਚ ਜੋ ਕੀ ਸਬਟ੍ਰੈਕ ਕੀਤਾ ਗਿਆ ਜੀ ਐਮ ਤੇ ਐਨ ਨੂੰ ਪ੍ਰੋਡਕਟ ਕਰਕੇ ਪ੍ਰੋਡਕਟ ਮਤਲਬ ਮਲਟੀਪਲਾਈ ਕਰਕੇ ਇਦਾਂ ਠੀਕ ਹੈ ਉਸ ਤੋਂ ਬਾਅਦ 9th ਸਮ ਇਹਦੇ ਵਿੱਚ ਹੈਗਾ ਟ्वाइस ਟ्वाइस ਜਿਹੜਾ 2 ਹੈਗਾ ਉਹ pq ਦਾ ਕੀ ਆ ਟ्वाइस ਆ ਉਹ ਡਿਵਾਈਡ ਹੋ ਰਿਹਾ r ਦੇ ਨਾਲ ਠੀਕ ਹੈ 10th ਸਮ 3/4 3 ਉੱਪਰ 4th نیچے ਕਿਹਦਾ ਆਫ x ਦਾ ਮਲਟੀਪਲਾਈ ਬਾਈ ਦਾ ਕਿਦਣਾ ਮਲਟੀਪਲਾਈ ਹੋਣ ਰਿਹਾ pq ਦੇ ਡਿਫਰੈਂਸ ਨਾਲ ਇਸ ਤਰੀਕੇ ਨਾਲ